ਤੇ ਬਾਈ ਦੀਪ ਸਿੱਧੂ ਲੱਖਾ ਸਦਾਣਾ ਜਬਰ ਜੰਗ ਤੇ ਹੋਰ ਵੀ ਬਹੁਤ ਸਾਰੇ ਬੁਲਾਰੇ ਆਏ ਸੀ ਤੇ ਜੋ ਇਹ ਬਿੱਲ ਹੈ ਕਿਸਾਨੀ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਨੇ ਪਾਸ ਕੀਤੇ ਹੈ ਉਸ ਮਸਲੇ 'ਤੇ ਵਿਚਾਰ ਵਟਾਂਦਰਾ ਕੀਤਾ ਕਿ ਅੱਗੇ ਵਾਲੀ ਜਿਹੜੀ ਰੂਪਰੇਖਾ ਜੋ ਕਿਸਾਨ ਜਥੇਬੰਦੀਆਂ ਫੈਸਲਾ ਦੇਣਗੀਆਂ ਉਹ 'ਤੇ ਸਾਰੇ ਇੱਕਜੁੱਟ ਹੋ ਕੇ ਜਾਣਗੇ। ਇੱਕ ਜਿਹੜਾ ਇੱਥੇ ਮੈਂ ਦੇਖਿਆ ਸੀਗਾ ਆਪਾਂ ਬੁਲਾਰਾ ਬੋਲ ਰਹੇ ਸੀਗੇ ਉਹ ਥਰਮਲ ਪਲਾਂਟ ਦੀ ਵੀ ਗੱਲ ਕਰ ਰਹੇ ਸੀ, ਹਾਂਜੀ ਹਾਂਜੀ, ਇਹਦੀ ਕੀ ਸਮੱਸਿਆ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ? ਇਹ ਸਮੱਸਿਆ ਇਹ ਤਾਂ ਦੇਖੋ ਲੱਗਣ ਤੋਂ ਪਹਿਲੇ ਅਸੀਂ ਤਾਂ ਲੋਕਾਂ ਨੂੰ ਬਹੁਤ ਸਮਝਾਇਆ ਸੀਗਾ ਵੀ ਭਾਈ ਇਹਦਾ ਆਪਾਂ ਨੂੰ ਨੁਕਸਾਨ ਨਹੀਂ, ਇਹਦਾ ਕੋਈ ਫਾਇਦੇ ਨਹੀਂ, ਜਿਹੜੀਆਂ ਰੁਜ਼ਗਾਰ ਵਾਲੀਆਂ ਗੱਲਾਂ ਕਰਦੇ ਗਏ ਸੀ ਵੀ ਆਪਾਂ ਨੂੰ ਇਹਦਾ ਕੋਈ ਬੈਨੀਫਿਟ ਨਹੀਂ ਹੋਣਾ। ਉਹ ਮੈਂ ਪਹਿਲਾਂ ਬੋਲਿਆ ਵੀ ਹੈ ਵੀ 2107 ਕਿੱਲਿਆਂ ਦੇ ਵਿੱਚ ਕਿੰਨੇ ਲੋਕ ਅਤੇ ਕਿਸਾਨੀ ਖੇਤੀ ਕਰਦੇ ਸੀ, ਕਿੰਨੇ ਉਹਨਾਂ ਨਾਲ ਸਿਰੀ ਪਾਲੀ ਹੁੰਦੇ ਸੀ, ਕਿੰਨੇ ਇੱਥੇ ਮਜ਼ਦੂਰ ਹੁੰਦੇ ਸੀ, ਕਿੰਨੇ ਇੱਥੇ ਇਹ ਇਹਨਾਂ ਜ਼ਮੀਨਾਂ ਦੇ ਵਿੱਚੋਂ ਗਰੀਬ ਗੁਰਬ ਹੋਏ ਕੱਖ ਪੱਠਾ ਖੋਦ ਕੇ ਆਪਣੇ ਪਸ਼ੂ ਪਾਲਦੇ ਸੀ, ਆਪਣਾ ਘਰ ਦਾ ਪਾਲਣ ਪੋਸ਼ਣ ਕਰਦੇ ਸੀ, ਆਪਣੇ ਬੱਚਿਆਂ ਦੇ ਵਿਆਹ ਸੰਗਿਆ ਕਰਦੇ ਸੀ, ਹੋਰ ਆਪਣੀ ਜਿਹੜੀ ਕਬੀਲਦਾਰੀ ਹੈ ਉਹਦੇ ਉਹਨਾਂ ਦੇ ਆਪਣਾ ਗੁਜ਼ਾਰਾ ਕਰਦੇ ਸੀ। ਇਹ ਜਿਹੜਾ ਇਹਨਾਂ ਨੇ ਥਰਮਲ ਪਲਾਂਟ ਦੇ ਕੋਈ ਵਾਅਦੇ ਕੀਤੇ ਸੀ ਪਹਿਲਾਂ ਜਦੋਂ ਜ਼ਮੀਨ ਅਕਵਾਇਰ ਕੀਤੀਆਂ ਸੀ ਤਾਂ ਉਹ ਪੂਰੇ ਕੀਤੇ ਕਿ ਨਹੀਂ ਕੀਤੇ? ਇਹ ਵਾਅਦਾ ਤਾਂ ਉਦੋਂ ਵੈਸੇ ਇੱਥੇ ਲੋਕਾਂ ਦਾ ਕੋਈ ਸਿਸਟਮ ਹੈ ਨਹੀਂ ਸੀ, ਜੇ ਅਸੀਂ ਥੋੜ੍ਹੇ ਲੋਕ ਸੀ ਜੋ ਇਹਦਾ ਵਿਰੋਧ ਕਰਦੇ ਸੀ, ਜ਼ਿਆਦਾ ਲੋਕ ਨਾ ਉਹਨਾਂ ਨੂੰ ਪਤਾ ਨਹੀਂ ਕੀ ਗੁੰਮਰਾਹ ਕੀਤਾ ਗਿਆ, ਉਹਨਾਂ ਨੇ ਕੋਈ ਮੁੱਦਾ ਰੱਖਿਆ ਹੀ ਨਹੀਂ, ਉਹਨਾਂ ਨੂੰ ਇਹ ਜਿਹੜੇ ਅਸੀਂ ਕੁਛ ਲੋਕ ਸੀਗੇ ਮੁੱਦਾ ਚੁੱਕਿਆ ਸੀ ਸਾਡੇ ਦੇ ਤੋਂ ਸਰਕਾਰ ਨੇ 307 ਦਾ ਪਰਚਾ ਦਿੱਤਾ, ਚਲੋ ਇਹ ਜਿਹੜਾ ਸੰਘਰਸ਼ ਸੀ ਉਹ ਵਿਖਰ ਗਿਆ, ਕੋਈ ਇਹਨਾਂ ਦਾ ਲੋਕਾਂ ਨੂੰ ਉਹਨਾਂ ਦਾ ਪਤਾ ਨਹੀਂ ਸੀ ਇਹਨਾਂ ਗੱਲ ਬਾਰੇ। ਹੁਣ ਜਿਵੇਂ ਇੱਕ ਜਿਹੜਾ ਥਰਮਲ ਪਲਾਂਟ ਦਾ ਪ੍ਰਦੂਸ਼ਣ ਬਹੁਤ ਹੁੰਦਾ ਆਸ ਪਾਸੇ ਬਿਮਾਰੀਆਂ ਦਾ ਇੱਕ ਕਾਰਨ ਹੈ, ਤਾਂ ਉਹਦੇ ਲਈ ਕੋਈ ਹੱਲ ਨਹੀਂ ਕਰ ਰਹੇ? ਇਹ ਜਿਹੜਾ ਇਹ ਗੈਰ ਪ੍ਰਦੂਸ਼ਣ ਉਦੋਂ ਇਹਨਾਂ ਨੇ ਕਹਿੰਦੇ ਸੀ ਵੀ ਇਹ ਗੈਰ ਪ੍ਰਦੂਸ਼ਣ ਹੋਊਗਾ, ਅਸੀਂ ਉਦੋਂ ਵੀ ਲੋਕਾਂ ਨੂੰ ਕਿਹਾ ਸੀ ਵੀ ਇਹ ਵੀ ਕੋਈ ਗੈਰ ਪ੍ਰਦੂਸ਼ਣ ਨਹੀਂ, ਸੁੱਥੋਂ ਬਾਹਰ ਪੈਣਾ ਮੁਸ਼ਕਿਲ ਹੋ, ਤੁਹਾਡੇ ਕੱਖ ਪੱਠੇ ਖਰਾਬ ਹੋਣਗੇ, ਅਤੇ ਲੋਕਾਂ ਨੇ ਚਲੋ ਉਦੋਂ ਨਹੀਂ ਵੀ ਸੁਣੀ, ਹੁਣ ਉਹੀ ਹਾਲ ਹੋ ਰਿਹਾ ਹੈ, ਫਸਲਾਂ ਖਰਾਬ ਹੋ ਰਹੀਆਂ, ਲੋਕਾਂ ਨੂੰ ਬਿਮਾਰੀਆਂ ਦਮੇ ਹੋ ਰਹੇ ਹੈ, ਕੋਈ ਚਿੱਟਾ ਕੱਪੜਾ ਗੱਡੀ ਭਿੱਡੀ ਬਾਹਰ ਖੜੀ ਹੈ ਤਾਂ ਕਿਨੂੰ ਅਕਾਲ ਸਿਰ ਕਾਲੀ ਹੋ ਜਾਂਦੀ ਹੈ। ਠੀਕ ਹੈ, ਧੰਨਵਾਦ। ਥੈਂਕ ਯੂ। ਅਸੀਂ ਤਾਂ ਇਹ ਕਹਿੰਦੇ ਵੀ ਜੋ ਅੱਜ ਸਾਡਾ ਪਿੰਡ ਦੇ ਵਿੱਚ ਜੋ ਵੀ ਪੰਚਾਇਤਾਂ ਬਾਹਰੋਂ ਚੱਲ ਕੇ ਆਏ ਨੇ ਪਿੰਡਾਂ ਤੋਂ ਰਾਹਪੁਰ ਤੋਂ ਆਏ ਨੇ, ਉਹ ਵੀ ਜੋ ਵੀ ਪਿੰਡਾਂ ਤੋਂ ਆਏ ਤਾਂ ਪਹਿਲਾਂ ਧੰਨਵਾਦ ਕਰਦੇ ਹਾਂ ਜੋ ਦਾ ਸਾਰੇ ਦਾ। ਦੂਜੀ ਗੱਲ ਇਹ ਹੈ ਵੀ ਇਹ ਤਾਂ ਇੱਕ ਜਾਗਰੂਕ ਕੀਤਾ ਜਾਣਾ ਨੌਜਵਾਨੀ ਨੂੰ ਦਿੱਲੀ ਨੂੰ ਜਾਣ ਵਾਸਤੇ, 24 ਤੇ 25 ਨੂੰ ਜਾਂ 26 ਨੂੰ ਵੀ ਦਿਨ ਰੱਖਣਗੇ, ਉਹਦੇ ਨੌਜਵਾਨਾਂ ਨੂੰ ਇੱਕ ਤਿਆਰ ਕੀਤਾ ਗਿਆ ਵੀ ਆਹ ਦੱਸਿਆ ਗਿਆ ਵੀ ਆਹ ਗੱਲਬਾਤ ਹੈ ਵੀ ਆਹ ਕਾਨੂੰਨ ਆਪਣੇ ਵਾਸਤੇ ਮਾੜੇ ਨੇ, ਆਹ ਕੁਛ ਲੈ ਕੇ ਆਏ ਨੇ ਆਪਣੇ ਆਹ ਹਾਲਾਤ ਹੋ ਜਾਣਗੇ, ਇਹ ਉਹਦੇ ਵੀ ਜਾਗਰੂਕ ਕਰਨ ਆਏ ਨੇ ਜੋ ਵੀ ਯੂਨੀਅਨ ਜਿਹੇ ਨੇ ਜਾਂ ਕੋਈ ਵੀ ਕਲੱਬ ਜਿਹੇ ਬੋਲ ਰਹੇ ਨੇ ਇਸ ਧਰਤੀ ਦਾ। ਭਾਈ ਜੀ ਦੋ ਪਾਸਿਆਂ ਦੀ, ਇੱਕ ਤਾਂ ਦੱਬਲੀ ਵਾਲੀ ਸਾਈਡ ਆ ਅਤੇ ਇੱਕ ਖਨੌਰੀ ਆਪਾਂ ਕਹਿੰਦੇ ਹਾਂ, ਇੱਕ ਇਹ ਆਪਣਾ ਜਿਹੜਾ ਮਹਿਲਾ ਚੌਕ ਬਾਈ ਦਾ ਉੱਥੋਂ ਦੀ ਵੀ ਆ, ਹੁਣ ਜਿਹੜਾ ਸਾਨੂੰ ਕੱਲ੍ਹ ਆਰਡਰ ਆਇਆ ਸਿੱਧੂਪੁਰ ਜਥੇਬੰਦੀ ਵੱਲੋਂ ਉਹ ਆਏ ਵੀ ਆਪਦਾ ਸਿੱਧਾ ਜਿਹੜਾ ਇਹ ਬੁਲਾਡਾ ਜਾਖਰ ਰੋਡ ਹੈ ਇਹਦੇ ਰਾਹੀਂ ਵੀ ਤੁਸੀਂ ਜਾ ਸਕਦੇ ਹੋ, ਵੀ ਹਾਂ ਵੀ ਦਿੱਲੀ ਪਹੁੰਚੋ ਜਿਵੇਂ ਮਰਜ਼ੀ ਪਹੁੰਚੋ, ਸਾਡੇ ਬਾਈ ਇਹ ਜਥੇਬੰਦੀ ਸਾਡੇ ਇਹ ਉਹ ਆ ਵੀ ਸਾਡੇ ਇਹਨਾਂ ਨੇ ਇਕੱਠ ਕਰਕੇ ਵੀ ਆਪਦੇ ਟਰੈਕਟਰ ਟਰਾਲੀਆਂ 'ਚ ਉਹ ਸਾਡੇ ਸਾਧਨ ਹੈ, ਸਾਡੇ ਤਿਆਰ ਹੋਏ ਖੜ੍ਹੇ ਆ, ਬਸ ਅਸੀਂ 25 ਨੂੰ ਇੱਥੇ ਚੱਲ ਪੈਣਾ।